ਸੜਨਰ ਮੌਜੂਦ ਨੇ ਆਰੰਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਜੀ ਤੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਕੇ ਆਏ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕੀ ਕਹਿਣਾ ਹੈ ਉਹਨਾਂ ਦਾ ਵੋਟਾਂ ਸੰਬੰਦਿ ਏ ਪਵਨ ਕੁਮਾਰ ਟੀਨੂ ਸਵਾਗਤ ਹੈ ਤੁਹਾਡੇ ਦਾਨਿਸ਼ਵਰਾ ਟੀਵੀ ਜੀ ਥੈਂਕ ਯੂ ਜੀ ਸ਼ੁਕਰੀਆ ਅੱਜ ਜਿਵੇਂ ਕਿ ਏ voting ਹੋ ਰਹੀ ਆ ਉਪਚੋਣ ਦੇ ਲਈ ਕਿਵੇਂ ਦੇਖਦੇ ਹੋ ਲੈ ਕੇ ਤੁਸੀਂ ਵੇਖੋ ਜਾ ਕੇ ਕਿ ਪਿੰਡਾਂ 'ਚ ਆਮ ਪਾਰਟੀ ਦੇ ਬਾਹਰੋਂ ਆਏ ਲੋਕ ਕਿਸ ਤਰ੍ਹਾਂ ਦਹਿਸ਼ਤ ਫਲਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਮੈਂ ਹੁਣੇ ਹੀ ਪਿੰਡ ਉਦੇਸੀਆਂ ਤੋਂ ਆਇਆ ਬਿਆਸਪਿੰਡ ਤੋਂ ਆਇਆ ਹਜ਼ਾਰਾ ਬੜਿਆਣਾ ਹਰੀਪੁਰ ਆਦਮਪੁਰ ਵੀਡੀਓ ਬਣਾ ਬਣਾ ਕੇ ਪੁਲਿਸ ਨੂੰ ਭੇਜ ਰਹੇ ਆ ਇਲੈਕਸ਼ਨ ਕਮਿਸ਼ਨ ਨੂੰ ਭੇਜ ਰਹੇ ਆ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਆਮ ਪਾਰਟੀ ਜਿਹੜੀ ਆ ਲੋਕਤੰਤਰ ਦੀਆਂ ਸ਼ਰੈਅਮ ਧਜੀਆਂ ਉਡਾ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਇਸ ਕਰਕੇ ਕਿ ਇੱਥੋਂ ਹਲਕੇ ਚੋਂ ਉਹਨਾਂ ਨੂੰ ਮਿਲਣਾ ਕੁਛ ਨਹੀਂ ਤੇ ਵੋਟਾਂ ਘੱਟਪੋਲ ਹੋਣ। ਦਹਿਸ਼ਲ ਫਾਰੇ ਉਟਾਰੀ ਦੇ ਬੰਦੇ ਆਣ ਕੇ ਉਹ ਦੇਸੀਆਂ ਚ ਬੈਠੇ ਆਟਾਰੀ ਦੇ। ਆਦਮਪੁਰ ਸ਼ਹਿਰ ਆਣ ਕੇ ਹੁਸ਼ਿਆਰਪੁਰ ਦੇ ਬੈਠੇ ਆ। ਇੱਥੇ ਬਿਆਸਪਿੰਡ ਫਤੇਗੜ ਸਾਹਿਬ ਤੋਂ ਪਟਿਆਲੇ ਤੋਂ ਲੋਕ ਆਏ ਆ। ਕੀ ਇਲੈਕਸ਼ਨ ਆ ਇਹ? ਜਦਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਆ ਬਾਹਰਲਾ ਬੰਦਾ ਨਹੀਂ ਆ ਸਕਦਾ। ਹੀ ਲੱਗਦਾ ਹੈ ਕਿ ਜਿਹੜਾ ਇਹ ਇਹ ਕੰਮ ਹੋ ਰਿਹਾ ਤੁਸੀਂ ਕਹ ਰਹੇ ਕਿ ਕੁਝ ਨਹੀਂ ਕਰ ਰਹੇ ਬਾਹਰਲੇ ਬੰਦੇ ਆ ਰਹੇ ਆ ਤੇ ਇਸ ਤੁਹਾਡੀ ਸੁਣਵਾਈ ਜਿੰਦ ਤੁਸੀਂ ਕਹ ਰਹੇ ਕੋਈ ਸੁਣ ਨਹੀਂ ਰਿਹਾ ਕਾਰਨ ਕੀ ਹੈ ਜੀ ਇਹਦਾ ਕਾਰਨ ਕਿਉਂਕਿ ਪੰਜਾਬ ਸਰਕਾਰ ਆਮ ਪਾਰਟੀ ਦੀ ਆ ਕੇਜਰੀਵਾਲ ਦੀ ਆ ਕੇਜਰੀਵਾਲ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਉਹ ਲੋਕਤੰਤਰ ਦੇ ਖਿਲਾਫ ਆ ਉਹ ਇਲੈਕਸ਼ਨ ਨੂੰ ਇਸੇ ਤਰ੍ਹਾਂ ਹੀ ਲੁੱਟਣਾ ਚਾਹੁੰਦਾ ਤੇ ਲੋਕ ਨਹੀਂ ਇਸ ਤਰ੍ਹਾਂ ਹੋਣ ਦੇਣਗੇ ਅਸੀਂ ਦੇਖਿਆ ਤੁਸੀਂ ਮੀਡੀਆ ਦੇਖੋ ਸ਼ਾਹਕੋਟ ਚ ਵੀ ਇਸੇ ਤਰ੍ਹਾਂ ਹੋ ਰਿਹਾ ਫਲੌਰ ਚ ਵੀ ਇਸੇ ਤਰ੍ਹਾਂ ਹੋ ਗਿਆ ਕਰਤਾਰਪੁਰ ਚ ਵੀ ਜਿੱਥੋਂ ਜਿੱਥੋਂ ਉਹਨੂੰ ਲੱਗਦਾ ਕਿ ਅਕਾਲੀ ਦਲ बसपा ਦੀ ਵੋਟ ਜ਼ਿਆਦਾ ਹੈ ਉੱਥੇ ਦਹਿਸ਼ਤ ਫਲਾ ਰਹੇ ਵੀ ਤਾਂ ਕਿ ਉੱਥੇ ਪੋਲਿੰਗ ਘੱਟ ਹੋਵੇ ਕੀ ਲੱਗਦਾ ਇਸ ਵਾਰ ਮਤਲਬ ਅਕਾਲੀ ਦਲ ਇਹ बसपा ਦੇ ਜਿਹੜੇ ਉਮੀਦਵਾਰ ਨੇ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਕਿੰਨੀ ਕੁ ਲੀਡ ਲਿਜਾਣਗੇ ਜਾਂ ਜਿੱਤ ਪ੍ਰਾਪਤ ਕਰਨਗੇ ਦੇਖੋ ਜਿਤਨਾ ਦਾ ਅਕਾਲੀ ਦਲ बसपा ਨੇ ਆ ਇਹ ਜੋ ਮਰਜ਼ੀ ਕਰ ਲੈਣਾਂ ਆਮ ਪਾਰਟੀ ਵਾਲੇ ਡਰਾਮੇਬਾਜ਼ ਆ ਝੂਠੀਆਂ ਗਰੰਟੀਆਂ ਦੇਣ ਵਾਲੇ ਆ ਉਦੋਂ ਕਹਿੰਦੇ ਸੀ ਹਮ ਸਿਕਿਉਰਿਟੀ ਨਹੀਂ ਲੇਂਗੇ ਹਮ ਗਾੜੀ ਨਹੀਂ ਲੇਂਗੇ ਹਮ ਬੰਗਲਾ ਨਹੀਂ ਲੇਂਗੇ ਹੁਣ ਲੋਕਾਂ ਨੂੰ ਦਿੱਤਾ ਕੁਛ ਨਹੀਂ ਨਾ ਬੀਬੀਆਂ ਨੂੰ 1000 ਰੁਪਇਆ ਮਿਲਿਆ ਆਪ ਆਪਣੇ ਬੰਗਲੇ ਤੇ ਕੇਜਰੀਵਾਲ ਨੇ 45 ਕਰੋੜ ਰੁਪਇਆ ਲਾ ਲਿਆ ਸਾਡੇ ਨਾਲ ਮੌਜੂਦ ਨੇ ਆਰਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਜੀ ਤੇ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਏ ਨੇ ਤੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਵੋਟਰ ਸੰਚ ਅ ਪਪਨ ਕੰਟੀਨਿਊ ਸਵਾਗਤ ਹੈ ਤੁਹਾਡੇ ਦਾਨਿਸ਼ਵਰਾ ਟੀਵੀ ਜੀ ਥੈਂਕ ਯੂ ਜੀ ਸ਼ੁਕਰੀਆ ਅੱਜ ਜਿਵੇਂ ਕਿ ਵੋਟਿੰਗ ਹੋ ਰਹੀ ਆ ਉਪ ਚੋਣ ਦੇ ਲਈ ਕਿਵੇਂ ਦੇਖ ਦੋ ਲੈ ਕੇ ਤੁਸੀਂ ਵੇਖੋ ਜਾ ਕੇ ਕਿ ਪਿੰਡਾਂ ਚ ਆਮ ਪਾਰਟੀ ਦੇ ਬਾਹਰੋਂ ਆਏ ਲੋਕ ਕਿਸ ਤਰ੍ਹਾਂ دہشت ਫਲਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਮੈਂ ਹੁਣੇ ਹੀ ਪਿੰਡ ਉਦੇਸੀਆਂ ਤੋਂ ਆਇਆ ਬਿਆਸਪਿੰਡ ਤੋਂ ਆਇਆ ਹਜ਼ਾਰਾ ਬੜਿਆਣਾ ਹਰੀਪੁਰ ਆਦਮਪੁਰ ਵੀਡੀਓ ਬਣਾ ਬਣਾ ਕੇ ਪੁਲਿਸ ਨੂੰ ਭੇਜ ਰਹੇ ਆ ਇਲੈਕਸ਼ਨ ਕਮਿਸ਼ਨ ਨੂੰ ਭੇਜ ਰਹੇ ਆ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਆਮ ਪਾਰਟੀ ਜਿਹੜੀ ਆ ਲੋਕਤੰਤਰ ਦੀਆਂ ਸ਼ਰਯੰਮ ਧਜੀਆਂ ਉਡਾ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਇਸ ਕਰਕੇ ਕਿ ਇੱਥੋਂ ਹਲਕੇ ਚੋਂ ਉਹਨਾਂ ਨੂੰ ਮਿਲਣਾ ਕੁਛ ਨਹੀਂ ਤੇ ਵੋਟਾਂ ਘੱਟ ਪੋਲ ਹੋਣ ਦਸ਼ਲ ਫਾਰੇ ਉਟਾਰੀ ਦੇ ਬੰਦੇ ਆਣ ਕੇ ਉਹ ਦੇਸੀਆਂ ਚ ਬੈਠੇ ਆਟਾਰੀ ਦੇ ਆਦਮਪੁਰ ਸ਼ਹਿਰ ਆਣ ਕੇ ਹੁਸ਼ਿਆਰਪੁਰ ਦੇ ਬੈਠੇ ਆ ਇੱਥੇ ਬਿਆਸਪਿੰਡ ਫਤੇਗੜ ਸਾਹਿਬ ਤੋਂ ਪਟਿਆਲੇ ਤੋਂ ਲੋਕ ਆਏ ਆ ਕੀ ਇਲੈਕਸ਼ਨ ਆ ਇਹ ਜਦ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਆ ਬਾਹਰਲਾ ਬੰਦਾ ਨਹੀਂ ਆ ਸਕਦਾ ਹੀ ਲੱਗਦਾ ਹੈ ਕਿ ਜਿਹੜਾ ਇਹ ਇਹ ਕੰਮ ਹੋ ਰਿਹਾ ਤੁਸੀਂ ਕਹਿੰਦੇ ਕਿ ਕੁਝ ਨਹੀਂ ਕਰ ਰਹੇ ਬਾਹਰਲੇ ਬੰਦੇ ਆ ਰਹੇ ਆ ਤੇ ਇਸ ਤੁਹਾਡੀ ਸੁਣਵਾਈ ਜਿੱਦਾਂ ਤੁਸੀਂ ਕਹਿੰਦੇ ਕੋਈ ਸੁਣਨ ਦਾ ਕਾਰਨ ਕੀ ਹੈ ਜੀ ਇਹ ਕਾਰਨ ਕਿਉਂਕਿ ਪੰਜਾਬ ਸਰਕਾਰ ਆਮ ਪਾਰਟੀ ਦੀ ਆ ਕੇਜਰੀਵਾਲ ਦੀ ਆ ਕੇਜਰੀਵਾਲ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਉਹ ਲੋਕਤੰਤਰ ਦੇ ਖਿਲਾਫ ਆ ਉਹ ਇਲੈਕਸ਼ਨ ਨੂੰ ਇਸੇ ਤਰ੍ਹਾਂ ਹੀ ਲੁੱਟਣਾ ਚਾਹੁੰਦਾ ਤੇ ਲੋਕ ਨਹੀਂ ਇਸ ਤਰ੍ਹਾਂ ਹੋਣ ਦੇਣਗੇ ਅਸੀਂ ਦੇਖਿਆ ਤੁਸੀਂ ਮੀਡੀਆ ਦੇਖੋ ਸ਼ਾਹਕੋਟ ਚ ਵੀ ਇਸੇ ਤਰ੍ਹਾਂ ਹੋ ਰਿਹਾ ਫਲੋਰ ਚ ਵੀ ਇਸੇ ਤਰ੍ਹਾਂ ਹੋ ਗਿਆ ਕਰਤਾਰਪੁਰ ਚ ਵੀ ਜਿੱਥੋਂ ਜਿੱਥੋਂ ਉਹਨੂੰ ਲੱਗਦਾ ਕਿ ਅਕਾਲੀ ਦਲ बसपा ਦੀ ਵੋਟ ਜਿਆਦਾ ਹੈ ਉੱਥੇ ਦਹਿਸ਼ਤ ਫਲਾ ਰਿਹਾ ਵੀ ਤਾਂ ਕਿ ਉੱਥੇ ਪੋਲਿੰਗ ਘੱਟ ਹੋਵੇ ਕੀ ਲੱਗਦਾ ਇਸ ਵਾਰ ਮਤਲਬ ਅਕਾਲੀ ਦਲ ਇਹ बसपा ਦੇ ਜਿਹੜੇ ਉਮੀਦਵਾਰ ਨੇ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਕਿੰਨੀ ਕੁ ਲੀਡ ਲਿਜਾਣਗੇ ਜਾਂ ਜਿੱਤ ਪ੍ਰਾਪਤ ਕਰਨਗੇ ਦੇਖੋ ਜਿਤਨਾ ਦਾ ਅਕਾਲੀ ਦਲ बसपा ਨਹੀਂ ਆ ਇਹ ਜੋ ਮਰਜ਼ੀ ਕਰ ਲੈਣ ਆਮ ਪਾਰਟੀ ਵਾਲੇ ਡਰਾਮੇਬਾਜ਼ ਆ ਝੂਠੀਆਂ ਗਰੰਟੀਆਂ ਦੇਣ ਵਾਲੇ ਆ ਉਦੋਂ ਕਹਿੰਦੇ ਸੀ ਹਮ ਸਿਕਿਉਰਿਟੀ ਨਹੀਂ ਲੇਂਗੇ ਹਮ ਗਾੜੀ ਨਹੀਂ ਲੇਂਗੇ ਹਮ ਬੰਗਲਾ ਨਹੀਂ ਲੇਂਗੇ ਹੁਣ ਲੋਕਾਂ ਨੂੰ ਦਿੱਤਾ ਕੁਛ ਨਹੀਂ ਨਾ ਬੀਬੀਆਂ ਨੂੰ 1000 ਰੁਪਇਆ ਮਿਲਿਆ ਆਪ ਆਪਣੇ ਬੰਗਲੇ ਤੇ ਕੇਜਰੀਵਾਲ ਨੇ 45 ਕਰੋੜ ਰੁਪਇਆ ਲਾ ਲਿਆ